मैं क्या ओ जो नाल वाली ने सूट पाया ना मेनू भी एहो जहा लैके दो ओ काला जा कढ़ाई वाला हाँ ओ नहीं नहीं ओ इक्को पीस ही बचा लो कोई हरजीत कई पुलिस वाले नु वेख के मास्क ते इदा ठीक करदे आ जिदा नूह सहुरे को वेख के घुंड ठीक करदी है हरजीत अज ना मेनू एक दुकानदार दा फोन आया मेनू कहिंदा भाजी जे तुसीं साडी दुकान तो समान लैण आओगे ते बाई चांस साडी दुकान दा शटर होगा बंद ते कहिंदा तुसीं वापस नहीं मुड़ के जाना सानू फोन करना आ ਅਸੀਂ ਭਟਕਦੀ ਹੋਈ ਯਾਦ ਮੰਗੂ ਕਿਤੇ ਉੱਥੇ ਲਾਗੇ ਛਾਗੇ ਤੁਰੇ ਫਿਰਨ ਡੇ ਹੋਵਾਂਗੇ ਨੋ 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 ਚਾਰਾ ਦੁਕਾਨ ਵਾਲਾ ਮੈਂ ਤਾਂ ਇਹ ਘਰੋਂ ਬਾਹਰ ਨਹੀਂ ਨਾ ਜਾਂਦੇ ਹਾਂ ਬੜੀ ਸਮਝਦਾਰੀ ਵਾਲੀ ਗੱਲ ਆ ਆ ਵੇਖ ਲਓ ਜਿਹੜੇ ਪਹਿਲਾਂ ਘਰ ਚ ਪਏ ਰਹਿੰਦੇ ਹੁੰਦੇ ਸੀ ਉਹਨਾਂ ਨੂੰ ਨਿਕੰਮਾ ਕਹਿੰਦੇ ਹੁੰਦੇ ਸੀ ਤੇ ਹੁਣ ਜਦੋਂ ਪਏ ਰਹਿੰਦੇ ਆ ਹੁਣ ਸਮਝਦਾਰ ਕਹਿੰਦੇ ਆ ਦੋ ਹਜ਼ਾਰ ਉੱਨੀ ਵਿੱਚ ਕਹਿੰਦੇ ਹੁੰਦੇ ਸੀ ਨੈਗੇਟਿਵ ਲੋਕਾਂ ਤੋਂ ਦੂਰ ਰਹੋ ਦੋ ਹਜ਼ਾਰ ਵੀਹ 'ਚ ਕਹਿਣ ਲੱਗ ਪਏ ਪੋਜ਼ਿਟਿਵ ਲੋਕਾਂ ਤੋਂ ਦੂਰ ਰਹੋ ਹੁਣ ਦੋ ਹਜ਼ਾਰ ਇੱਕੀ 'ਚ ਇਹ ਕਹਿਣ ਲੱਗ ਪਏ ਆ ਲੋਕਾਂ ਤੋਂ ਦੂਰ ਰਹੋ ਕੀ ਹੋਣ ਡਿਆ ਹਰਜੀਤ ਤੁਸੀਂ ਦੋ ਭੈਣਾਂ ਜੀ ਨੇ ਹਾਂਜੀ ਤੂੰ ਨਿੱਕੀ ਆ ਅੱਛਾ ਮੈਂ ਇੱਕ ਗੱਲ ਵੇਖੀ ਆ ਵੀ ਵੱਡੀ ਭੈਣ ਜਿੰਨੀ ਸੌਖ ਤੇ ਸਿੱਧੀ ਹੋਏਗੀ ਨਾ ਨਿੱਕੀ ਓਨੀ ਬਾਂਦਰੀ ਹੁੰਦੀ ਤੁਸੀਂ ਵੱਡੇ ਭਰਾ ਕੇ ਨਿੱਕੇ ਜੇ ਵੱਡਾ ਨੋ 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 ਗੱਲ ਹੀ ਨਹੀਂ ਆਈ ਹਰਜੀਤ ਹਾਂਜੀ ਹੁਣ ਤੇ ਏਦਾਂ ਦੀ ਹਾਲਾਤ ਹੋ ਗਈ ਆ ਦੁਨੀਆਂ ਦੀ ਮੈਂ ਨਾ ਵੀ ਜੇ ਆਹ ਗੱਲ ਹੋਵੇ ਵੀ ਬੱਕਰੀ ਦੀਆਂ ਮੇਂਗਣਾ ਖਾਣ ਨਾਲ ਇਮਿਊਨਿਟੀ ਪਾਵਰ ਵੱਧਦੀ ਆ ਤੇ ਮੈਨੂੰ ਲੱਗਦਾ ਮਾਰਕੀਟ 'ਚ ਉਹ ਵੀ ਨਹੀਂ ਮਿਲਣੀਆਂ ਮੁੜ ਕੇ ਸਹੀ ਗੱਲ ਜੀ ਉਹ ਵੀ ਮੁੜ ਕੇ ਮਹਿੰਗੀਆਂ ਹੋ ਜਾਣੀਆਂ ਜੀ ਮੁੜ ਕੇ ਆਪਣਾ ਬੱਕਰੀ ਦੀਆਂ ਮੇਂਗਣਾ ਨਹੀਂ ਮਿਲਣ ਡਈਆਂ ਬਾਜ਼ਾਰੋਂ ਲੈਣ ਗਈ ਆਉਂਦੇ ਪਰਸੋਂ ਆਉਣੀਆਂ ਚੱਲ ਜੇ ਨਾ ਮਿਲਣਗੀਆਂ ਤੇਰੇ ਮੈਂ ਲਿੱਦ ਲਿਆ ਦਿਆ ਕਰਾਂਗਾ ਘੋੜੇ ਦੀ ਹਰਜੀਤ ਲੋਕਡਾਊਨ ਲੱਗ ਲੱਗ ਕੇ ਤੇ ਮੈਂ ਨਾ ਦੁਨੀਆਂ ਦੀ ਇਹੋ ਜਿਹੀ ਹਾਲਾਤ ਹੋ ਗਈ ਆ ਵੀ ਗਾਂਹ ਲੋਕਾਂ ਨੇ ਇੱਕ ਦੂਜੇ ਨੇ ਇਹ ਪੁੱਛਿਆ ਕਰਨਾ ਵੀ ਇਹ ਤੁਹਾਡਾ ਨਿਆਣਾ ਪਹਿਲੇ ਲੋਕਡਾਊਨ ਦਾ ਵੀ ਦੂਜੇ ਲੋਕਡਾਊਨ ਦਾ ਦੁਨੀਆਂ ਦੇ ਸਭ ਤੋਂ ਵੱਡੇ ਝੂਠ ਬਰਾਤ 9 ਵਜੇ ਫੇਰੇ 12 ਵਜੇ ਡੋਲੀ 4 ਵਜੇ